1984 ਦੇ ਸਿੱਖ ਵਿਰੋਧੀ ਦੰਗੇ 'ਚ ਆਪਣੀ ਜਾਨ ਗਵਾਉਣ ਵਾਲੇ ਪੀੜਤ ਪਰਿਵਾਰਾਂ ਲਈ ਕੇਂਦਰ ਸਰਕਾਰ ਵੱਲੋਂ ਇੱਕ ਸਕੂਨ ਭਰੀ ਖਬਰ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ 1984 ਸੰਬੰਧੀ 186 ਕੇਸਾਂ ਦੀ ਮੁੜ ਜਾਂਚ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ 194 ਕੇਸ ਸੁਪਰੀਮ ਕੋਰਟ 'ਚ ਦਰਜ ਕੀਤੇ ਗਏ ਸਨ, ਜਿਨ੍ਹਾਂ 'ਚੋਂ 186 ਕੇਸਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 1984 ਦੇ ਦੰਗਿਆਂ ਦੌਰਾਨ ਸਬੂਤਾਂ ਦੀ ਗਵਾਹਾਂ ਦੀ ਘਾਟ ਕਾਰਨ ਰੱਦ ਕੀਤੇ ਗਏ ਕੇਸਾਂ ਨੂੰ ਦੁਬਾਰਾ ਰੀਓਪਨ ਕਰਵਾ ਦਿੱਤਾ ਗਿਆ ਅਤੇ ਹੁਣ ਕੇਸਾਂ ਦੀ ਮੁੜ ਤੋਂ ਜਾਂਚ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ 1984 ਸਿੱਖ ਕਤਲੇਆਮ ਦਾ ਕੋਈ ਵੀ ਦੋਸ਼ੀ ਸਜ਼ਾ ਤੋਂ ਨਹੀਂ ਬਚ ਸਕੇਗਾ। ਮੈਂ ਕਹਿਣਾ ਚਾਹੁੰਦਾ ਹਾਂ ਕਿ ਗਵਰਨਮੈਂਟ ਆਫ ਇੰਡੀਆ ਨੇ, ਹੋਮ ਮਿਨਿਸਟਰੀ ਨੇ ਅੰਡਰ ਦ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਅਗਵਾਈ ਥੱਲੇ ਬੜੇ ਹਿਸਟੋਰਿਕ ਫੈਸਲੇ ਲੈ ਲਏ ਆ। ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਂਟੀ ਸਿੱਖ ਰਾਈਟਸ 84 ਦੇ ਜਿਹੜੀ ਮਰਡਰਸ ਹੋਏ ਸੀ, ਕਾਂਗਰਸ ਨੇ ਮਰਡਰ ਕੀਤੇ ਸੀ, ਟੋਟਲ ਕੋਈ 194 ਕੇਸ ਸੀ ਜਿਹਦੇ ਉਦੋਂ ਰਜਿਸਟਰ ਹੋਏ ਸੀ। ਕਈ ਉਹਦੇ 'ਚ ਮਤਲਬ 100 ਤੋਂ ਉੱਤੇ ਕੇਸ ਅਜਿਹੇ ਸੀ ਜਿਹੜੇ ਕੋਰਟਸ ਇਹਨਾਂ ਨੇ ਉਦੋਂ ਕਾਂਗਰਸ ਦੀ ਸਰਕਾਰਾਂ ਨੇ ਅਦਾਲਤਾਂ 'ਚ ਭੇਜ ਦਿੱਤੇ, ਅਤੇ ਕਿਉਂਕਿ ਉਹਨਾਂ ਨੇ ਸ਼ੋਅ ਕੀਤਾ ਕਿ ਇਹਨਾਂ ਦੇ ਕੋਈ ਸਫੀਸ਼ੀਐਂਟ ਪਰੂਫ ਨਹੀਂ ਹੈ, ਅਤੇ ਉਹ ਜਿਹੜੇ ਕੇਸਿਸ ਸੀ ਉਹ ਸਾਰੇ ਡਿਸਚਾਰਜ ਕੀਤੇ ਗਏ ਸੀ, ਲੋਕਾਂ ਨੂੰ ਡਿਸਚਾਰਜ ਕਰਤਾ ਸੀ ਕਿਉਂਕਿ ਪਰੂਫ ਨਹੀਂ ਸੀ। ਪਰ ਹੁਣ ਪੰਜਾਬ ਗਵਰਨਮੈਂਟ ਆਫ ਇੰਡੀਆ ਨੇ ਹਿਸਟੋਰਿਕ ਡਿਸੀਜਨ ਲੈ ਲਿਆ ਕਿ ਜਿਹੜੇ ਡਿਸਚਾਰਜ ਕੀਤੇ ਹੋਏ ਕੇਸ ਹੈ ਉਹ ਦੇ ਵਿਲ ਬੀ ਆਲਸੋ ਰੀਓਪਨਡ ਐਂਡ ਦੇ ਹੈਵ ਬੀਨ ਰੀਓਪਨਡ। ਦੂਜੀ ਗੱਲ, ਕਿਹੜੇ ਜਿਹੜੇ ਕੇਸ ਸਪੈਸ਼ਲ SIT ਬਣਾਤੀ, ਹੁਣ ਸਪੈਸ਼ਲ SIT ਇਜ਼ ਲੁਕਿੰਗ ਆਫਟਰ 186 ਕੇਸਿਸ ਜਸਟਿਸ ਢੀਂਗਰਾ ਜੀ ਦੀ ਅਗਵਾਈ ਥੱਲੇ। ਆ ਸਾਰੇ ਸੁਪਰੀਮ ਕੋਰਟ ਨੇ ਜਸਟਿਸ ਢੀਂਗਰਾ ਜੀ ਨੂੰ ਕਿਹਾ ਸੀ ਕਿ ਸਾਰੇ ਐਗਜ਼ਾਮਿਨ ਕਰੋ, ਉਹਨੇ ਐਗਜ਼ਾਮਿਨ ਕਰਕੇ ਸੁਪਰੀਮ ਕੋਰਟ ਨੂੰ ਰਿਪੋਰਟ ਵੀ ਦਿੱਤੀ ਹੈ। ਨਾਓ ਦੀਜ 186 ਕੇਸਿਸ ਨੂੰ ਖੋਲ੍ਹ ਦਿੱਤਾ ਗਿਆ ਐਂਡ ਵਿਦ ਟਾਈਮ ਬਾਊਂਡ ਪ੍ਰੋਗਰਾਮ ਦੇ ਰਾਹੀਂ, ਅੱਜ ਵੀ 186 ਦਾ ਕੇਸ ਸੁਪਰੀਮ ਕੋਰਟ ਕੋਲ ਉਹਨੇ ਆਪਣੀ ਰਿਪੋਰਟ ਦੇ ਦਿੱਤੀ ਹੈ, ਰਿਪੋਰਟ ਸਬਮਿਟ ਕਰ ਦਿੱਤੀ ਹੈ ਕੋਰਟਸ ਨੂੰ ਕਿ ਦੇ ਨੀਡ ਟੂ ਬੀ ਓਪਨਡ ਅਪ ਅਗੇਨ। ਜਿਹੜੀ ਹੁਣ SIT ਹੈ ਵਿਲ ਨਾਓ ਵਾਂਸ ਦ ਡਾਇਰੈਕਸ਼ਨ ਕਮਸ ਵਨ ਦੈਟ SIT ਵਿਲ ਰੀ ਐਗਜ਼ਾਮਨ ਆਲ ਦ ਕੇਸਿਸ। ਜਿਹੜਾ ਹਿਸਟੋਰਿਕ ਡਿਸੀਜਨ ਦਿੱਤਾ ਗਿਆ ਕਿ ਜਿਹੜੇ 170 ਕੁਛ ਕੇਸ ਸੀ ਜਿਹੜੇ ਡਿਸਚਾਰਜ ਕੀਤੇ ਗਏ ਸੀ ਬਾਏ ਦ ਕੋਰਟਸ, ਦੇ ਹੈਵ ਬੀਨ ਰੀਓਪਨਡ। ਬਹਿਰਹਾਲ 1984 ਦੇ ਸਿੱਖ ਦੰਗਿਆਂ ਵਿੱਚ ਦਰਦ ਹੰਢਾ ਚੁੱਕੇ ਲੋਕਾਂ ਲਈ ਇਸ ਖਬਰ ਤੋਂ ਬਾਅਦ ਰਾਹਤ ਭਰੀ ਖਬਰ ਹੈ। ਇਸ ਐਲਾਨ ਦੇ ਨਾਲ ਹੀ 1984 ਦੇ ਸਾਰੇ ਹੀ ਪੀੜਤਾਂ ਨੂੰ ਇਨਸਾਫ ਜਲਦ ਮਿਲਣ ਦੀ ਆਸ ਜਾਗੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੰਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563।